ਉਹਨਾਂ ਨੂੰ ਬਹੁਤ ਸਾਰੀਆਂ ਕਾਲਜ਼ ਆਈਆਂ ਪੰਜਾਬ ਤੋਂ ਬਾਹਰੋਂ, ਜਿਨ੍ਹਾਂ ਨੇ ਇਸ ਸਥਿਤੀ ਨਾਲ ਬੜੇ ਵਧੀਆ ਤਰੀਕੇ ਨਾਲ ਨਿਪਟਣ ਵਾਸਤੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਉਹਨਾਂ ਨੇ, ਕਿਉਂਕਿ ਉਹ ਇਹ ਮਹਿਸੂਸ ਕਰਦੇ ਆ ਕਿ ਪੰਜਾਬ ਦੇ ਯੂਥ ਨੂੰ ਬਚਾਉਣ ਵਾਸਤੇ ਜਿਹੜੇ ਮਾੜੇ ਅਨਸਰ ਆ ਉਹਨਾਂ ਨਾਲ ਇਸ ਤਰੀਕੇ ਦੇ ਨਾਲ ਨਜਿੱਠਣਾ ਬਹੁਤ ਜ਼ਰੂਰੀ ਸੀਗਾ। ਸੋ ਸਾਰੇ ਪਾਸੇ ਤੋਂ ਹਰ ਪਾਸੇ ਤੋਂ ਉਹਨਾਂ ਨੂੰ ਧੰਨਵਾਦ ਵੀ ਕੀਤਾ ਜਾ ਰਿਹਾ, ਔਰ ਸਾਰੇ ਪੰਜਾਬੀਆਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਵਾ, ਹਰ ਪਾਸੇ ਤੋਂ, ਹਰ ਵਰਗ ਤੋਂ, ਹਰ ਤਬਕੇ ਤੋਂ, ਹਰ ਇੱਕ ਤੋਂ ਪੂਰਾ ਸਹਿਯੋਗ ਮਿਲ ਰਿਹਾ ਇਹਦੇ ਵਿੱਚ। ਦੂਸਰੀਆਂ ਸਟੇਟਸ ਤੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਵਾ, ਦੂਸਰੀਆਂ ਏਜੰਸੀਜ਼ ਤੋਂ ਵੀ, ਸੈਂਟਰਲ ਏਜੰਸੀਜ਼ ਤੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਵਾ ਇਹਦੇ 'ਚ, ਔਰ ਪੁਲਿਸ ਇਹਦੇ ਵਿੱਚ ਆਪਣਾ ਕੰਮ ਬਿਲਕੁਲ ਕਾਨੂੰਨੀ ਤਰੀਕੇ ਦੇ ਨਾਲ ਕਰ ਰਹੀ ਆ। ਬਹੁਤ ਸਾਰੀਆਂ ਕਈ ਤਰ੍ਹਾਂ ਦੇ ਲੋਕਾਂ ਦੇ ਮਨ 'ਚ ਸ਼ੰਕੇ ਆ, ਸੋ ਜੋ ਵੀ ਕੰਮ ਕੀਤਾ ਜਾਏਗਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਇਲੀਗਲ ਅਰੈਸਟ 'ਚ ਨਾ ਰੱਖਿਆ ਗਿਆ ਨਾ ਰੱਖਿਆ ਜਾਏਗਾ। ਜਦੋਂ ਵੀ ਜਿਹੜਾ ਪ੍ਰਾਈਮ ਅਕਿਊਜ਼ਡ ਆ ਜਦੋਂ ਵੀ ਫੜਿਆ ਜਾਏਗਾ ਤੁਰੰਤ ਉਹਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਜਾਏਗੀ ਇਹਦੇ ਵਿੱਚ। ਇਸੇ ਤਰ੍ਹਾਂ ਲਾਅ ਐਂਡ ਆਰਡਰ ਦੀ ਸਥਿਤੀ, ਮੋਹਾਲੀ ਦੇ ਵਿੱਚ ਇੱਕ ਧਰਨਾ ਲੱਗਿਆ ਸੀਗਾ ਜਿਹੜਾ ਪੀਸਫੁੱਲੀ ਸਮਾਪਤ ਹੋ ਗਿਆ, ਉੱਥੇ ਕੁਛ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਧਰਨਾਕਾਰੀਆਂ ਦੇ ਵਿੱਚ ਕੁਛ ਡਿਫਰੈਂਸਿਸ ਸੀ ਗਏ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਸਮੱਸਿਆ ਹੋ ਰਹੀ ਸੀਗੀ। ਸੋ ਉਹ ਵੀ ਪੂਰੀ ਤਰ੍ਹਾਂ ਸਮਾਪਤ ਹੋ ਗਿਆ, ਰੋਡ ਉਹ ਖੁੱਲ੍ਹ ਗਈ ਹੈ ਚੰਗੀ ਤਰ੍ਹਾਂ। ਜਿਹੜਾ ਇਸ ਇਸ਼ੂ ਦੇ ਉੱਤੇ ਕੁਛ ਅਪਡੇਟਸ ਆ, ਇੱਕ ਕੇਸ ਰਜਿਸਟਰ ਕੀਤਾ ਵਾ ਜਲੰਧਰ ਰੂਰਲ ਦੇ ਵਿੱਚ, ਜਿਹਦੇ ਵਿੱਚ ਸਰਪੰਚ ਜਿਹੜਾ ਵਾ ਮਨਪ੍ਰੀਤ ਸਿੰਘ ਉਦੋਵਾਲ ਪਿੰਡ ਦਾ, ਉਹਨੇ ਪਰਚਾ ਦਰਜ ਕਰਾਇਆ ਦੋ ਬੰਦਿਆਂ ਦੇ ਖਿਲਾਫ਼, ਇੱਕ ਹਰਜੀਤ ਸਿੰਘ ਜਿਹੜਾ ਉਹਦਾ ਚਾਚਾ ਵਾ, ਇੱਕ ਉਹਦੇ ਖਿਲਾਫ਼, ਇੱਕ ਹਰਪ੍ਰੀਤ ਸਿੰਘ ਦੇ ਖਿਲਾਫ਼। ਸੋ ਉਹ ਪਰਚਾ ਜਿਹੜਾ ਵਾ ਉਹਨਾਂ ਨੂੰ ਗਨ ਪੁਆਇੰਟ 'ਤੇ ਰੱਖਿਆ ਸੀ ਇਹਨਾਂ ਨੇ ਜ਼ਬਰਦਸਤੀ ਜਦੋਂ ਉੱਥੋਂ ਦੌੜੇ ਸੀਗੇ। ਉਸ ਕੇਸ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਵਾ ਜਿਹਦੇ ਵਿੱਚ ਇਹ ਆਲਰੇਡੀ ਗ੍ਰਿਫਤਾਰ ਹੋ ਚੁੱਕੇ ਆ ਦੋਨੋਂ। ਸਰਪੰਚ ਜਿਹੜਾ ਉਹਦਾ ਨਾਮ ਮਨਪ੍ਰੀਤ ਸਿੰਘ ਆ, ਉਦੋਂ ਕੇ ਪਿੰਡ ਦਾ ਸਰਪੰਚ ਆ। ਜਿਹੜੇ ਦੋ ਅਕਿਊਜ਼ ਨੇ ਇਹਦੇ ਵਿੱਚ, ਇੱਕ ਹਰਜੀਤ ਸਿੰਘ ਆ, ਇੱਕ ਹਰਪ੍ਰੀਤ ਸਿੰਘ ਆ। ਫਰਦਰ ਜਿਹੜਾ ਇਸ ਕੇਸ ਦੇ ਵਿੱਚ ਇੱਕ ਬਹੁਤ ਵੱਡੀ ਅਹਿਮ ਸਫਲਤਾ ਪੰਜਾਬ ਪੁਲਿਸ ਦੇ ਹੱਥ ਲੱਗੀ ਆ ਕਿ ਜਿਹੜੀ ਬਰੈਜ਼ਾ ਕਾਰ ਦੇ ਵਿੱਚ ਅੰਮ੍ਰਿਤਪਾਲ ਸਿੰਘ ਉੱਥੋਂ ਦੌੜਿਆ ਸੀਗਾ ਮੌਕੇ ਤੋਂ, ਉਹ ਬਰੈਜ਼ਾ ਕਾਰ ਰਿਕਵਰ ਹੋਈ ਆ। ਜਿਹੜੇ ਚਾਰ ਬੰਦਿਆਂ ਨੇ ਭੱਜਣ ਦੇ ਵਿੱਚ ਮਦਦ ਕੀਤੀ ਸੀਗੀ, ਉਹ ਚਾਰ ਅਕਿਊਜ਼ ਦੇ ਵਿੱਚ ਅਰੈਸਟ ਕੀਤੇ ਆ, ਜਿਹਦੇ ਵਿੱਚ ਮਨਪ੍ਰੀਤ ਸਿੰਘ ਏਲੀਅਸ ਮੰਨਾ ਹੈ, ਇੱਕ ਗੁਰਦੀਪ ਸਿੰਘ ਏਲੀਅਸ ਦੀਪਾ ਹੈ, ਹਰਪ੍ਰੀਤ ਸਿੰਘ ਏਲੀਅਸ ਹੈਪੀ ਅਤੇ ਗੁਰਭੇਜ ਸਿੰਘ ਏਲੀਅਸ ਭੇਜਾ। ਇਹ ਚਾਰ ਉਹ ਅਕਿਊਜ਼ ਆ ਜਿਨ੍ਹਾਂ ਨੇ ਭੱਜਣ 'ਚ ਮਦਦ ਕੀਤੀ ਸੀ। ਬਰੈਜ਼ਾ ਕਾਰ ਇਹਦੇ ਵਾਸਤੇ ਯੂਜ਼ ਹੋਈ ਸੀ, ਉਹ ਬਰੈਜ਼ਾ ਕਾਰ ਰਿਕਵਰ ਹੋ ਗਈ ਹੈ। ਮਨਪ੍ਰੀਤ ਸਿੰਘ ਏਲੀਅਸ ਮੰਨਾ, ਇਹ ਨਵਾਂ ਕਿਲ੍ਹਾ ਸ਼ਾਹਕੋਟ ਦਾ ਰਹਿਣ ਵਾਲਾ ਹੈ। ਗੁਰਦੀਪ ਸਿੰਘ ਏਲੀਅਸ ਦੀਪਾ, ਇਹ ਬਲ 9 ਪਿੰਡ ਆ ਨਕੋਦਰ ਦੇ ਵਿੱਚ, ਉੱਥੋਂ ਦਾ ਰਹਿਣ ਵਾਲਾ ਹੈ। ਹਰਪ੍ਰੀਤ ਸਿੰਘ ਏਲੀਅਸ ਹੈਪੀ, ਇਹ ਕੋਟਲਾ ਨੌਰਥ ਸਿੰਘ ਆ ਹੁਸ਼ਿਆਰਪੁਰ ਦੇ ਵਿੱਚ, ਉੱਥੋਂ ਦਾ ਰਹਿਣ ਵਾਲਾ ਹੈ। ਗੁਰਭੇਜ ਸਿੰਘ ਏਲੀਅਸ ਭੇਜਾ, ਇਹ ਗੁੰਦਾਰਾ ਪਿੰਡ ਆ ਫਰੀਦਕੋਟ ਦੇ ਵਿੱਚ, ਉੱਥੋਂ ਦਾ ਰਹਿਣ ਵਾਲਾ। ਇਹਨਾਂ ਚਾਰਾਂ ਦੇ ਖਿਲਾਫ਼, ਕਿਉਂਕਿ ਜਦੋਂ ਇਹਨਾਂ ਨੂੰ ਫੜਿਆ ਗਿਆ ਇਹਨਾਂ ਤੋਂ ਜਿਹੜੀ ਗੱਡੀ ਮਿਲੀ ਆ ਉਹਦੇ ਵਿੱਚੋਂ ਵੀ 315 ਬੋਰ ਦੀ ਇੱਕ ਰਾਈਫਲ ਮਿਲੀ ਆ, ਕੁਛ ਤਲਵਾਰਾਂ ਮਿਲੀਆਂ ਵਾ, ਵਾਕੀ ਟਾਕੀ ਸੈੱਟ ਮਿਲਿਆ ਵਾ। ਇਹਨਾਂ ਦੇ ਉੱਤੇ ਆਮ ਡਰੈਕਟ ਦਾ ਕੇਸ, ਅਤੇ ਇਹਨਾਂ ਦੇ ਉੱਤੇ ਉਹਨੂੰ ਕਸਟਡੀ 'ਚੋਂ, ਮਤਲਬ ਪੁਲਿਸ ਦੀ ਗ੍ਰਿਫਤ ਤੋਂ ਭਜਾਉਣ ਵਾਸਤੇ ਜਿਹੜੇ ਸੈਕਸ਼ਨ ਹੁੰਦੇ ਆ ਉਹ ਵੀ ਐਡ ਕੀਤੇ ਜਾ ਰਹੇ ਇਹਦੇ ਵਿੱਚ FIR ਦੇ ਵਿੱਚ। ਜਿਹੜੀ ਬਹੁਤ ਅਹਿਮ ਗੱਲ ਸਾਹਮਣੇ ਆਈ ਆ ਕਿ ਅੰਮ੍ਰਿਤਪਾਲ ਸਿੰਘ ਇੱਥੋਂ ਦੌੜਨ ਤੋਂ ਬਾਅਦ ਨੰਗਲ ਅੰਬੀਆਂ ਪਿੰਡ ਆ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ, ਉੱਥੇ ਜਾ ਕੇ ਉਹਨੇ ਕੱਪੜੇ ਚੇਂਜ ਕੀਤੇ, ਉਹਨੇ ਸ਼ਰਟ ਪਾਈ, ਪੈਂਟ ਪਾਈ, ਫਿਰ ਉੱਥੋਂ ਦੌੜਿਆ, ਆਪਣੀ ਜਿਹੜੀ ਤਲਵਾਰ ਸੀ ਉੱਥੇ ਛੱਡ ਦਿੱਤੀ। ਇਹ ਇਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ, ਜਿਹੜੇ ਅਸੀਂ ਫੜੇ ਆ ਬੰਦੇ ਚਾਰ, ਇਹਨਾਂ ਦੀ ਪੁੱਛਗਿੱਛ ਤੋਂ ਗੱਲ ਸਾਹਮਣੇ ਆਈ ਕਿ ਪਹਿਲਾਂ ਉਹ ਨੰਗਲ ਅੰਬੀਆਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਉੱਥੇ ਗਿਆ ਸੀਗਾ, ਉਸ ਗੁਰਦੁਆਰਾ ਸਾਹਿਬ ਦੇ ਵਿੱਚ ਕੱਪੜੇ ਚੇਂਜ ਕਰਕੇ ਪੈਂਟ ਸ਼ਰਟ ਪਾ ਕੇ, ਉਸ ਤੋਂ ਬਾਅਦ ਦੇ ਵਿੱਚ ਦੋ ਮੋਟਰਸਾਈਕਲਸ ਦੇ ਉੱਤੇ, ਤਿੰਨ ਬੰਦੇ ਹੋਰ ਇਹਦੇ ਨਾਲ ਸੀਗੇ, ਦੋ ਮੋਟਰਸਾਈਕਲਸ ਦੇ ਉੱਤੇ ਉੱਥੋਂ ਐਸਕੇਪ ਕੀਤੇ ਆ ਚਾਰੋਂ ਜਾਣੇ ਉਸ ਜਗ੍ਹਾ ਤੋਂ। ਸੋ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ, ਇੱਕ ਤਾਂ ਮੈਂ ਅਪੀਲ ਕਰਨਾ ਚਾਹੂੰਗਾ ਸਾਰੇ ਪੰਜਾਬੀਆਂ ਨੂੰ, ਆਪਣੇ ਵੱਲੋਂ, ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ, ਪੰਜਾਬ ਪੁਲਿਸ ਵੱਲੋਂ, ਕਿ ਸਾਰੇ ਯੋਗਦਾਨ ਦਿਓ ਇਹਦੇ 'ਚ, ਸਾਰਿਆਂ ਦੇ ਕੰਟਰੀਬਿਊਸ਼ਨ ਦੀ ਲੋੜ ਆ। ਇਹੋ ਜਿਹੜੇ ਮਾੜੇ ਅਨਸਰ ਆ ਜਿਹੜੇ ਸਮਾਜ ਦੇ ਵਿੱਚ ਇਹੋ ਜਿਹੀ ਅਰਾਜਕਤਾ ਫੈਲਾਉਂਦੇ, ਉਹਨਾਂ ਨੂੰ ਫੜਨ ਵਾਸਤੇ, ਸੋ ਸਾਰਿਆਂ ਨੂੰ ਹੀ ਅਸੀਂ ਅਪੀਲ ਕਰਾਂਗੇ ਕਿ ਸਾਰੇ ਸਹਿਯੋਗ ਦੇਣ, ਚਾਹੇ ਉਹ ਕੋਈ ਪਬਲਿਕ ਸੰਸਥਾਵਾਂ ਹੋਣ, ਚਾਹੇ ਪਿੰਡਾਂ ਦੇ ਸਰਪੰਚ, ਪੰਚ, ਕੋਈ ਮੋਤਬਾਰ ਬੰਦੇ ਆ, ਕਿਉਂਕਿ ਹਰ ਇੱਕ ਬੰਦਾ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ ਵਾ। ਦੂਸਰੀ ਗੱਲ ਆ, ਜਦੋਂ ਵੀ ਕੋਈ ਕ੍ਰਿਮੀਨਲ ਆਪਾਂ ਨੂੰ ਵਾਂਟਡ ਹੁੰਦਾ ਵਾ, ਉਹਦੇ ਵਿੱਚ ਆਪਾਂ ਹਮੇਸ਼ਾ ਹਰ ਤਰ੍ਹਾਂ ਦੀ ਪ੍ਰੋਬੇਬਿਲਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਨੋਰਮਲੀ ਆਪਾਂ ਰਿਲੀਜ਼ ਕਰਦੇ ਹਾਂ ਕਿ ਉਹ ਕਿਸ ਹੁਲੀਏ ਦੇ ਵਿੱਚ ਹੋ ਸਕਦਾ ਵਾ। ਸੋ ਇਸ ਕੇਸ ਦੇ ਵਿੱਚ ਸਾਡੇ ਕੋਲ ਜਿਹੜੀਆਂ ਇਹਦੀਆਂ ਕੁਛ ਪੁਰਾਣੀਆਂ ਫੋਟੋਗ੍ਰਾਫਸ ਆ,
कुछ नवीं फोटोग्राफ्स आ जिहड़ियां कि असी सोशल मीडिया तो बाकी जगह तो साढ़े को आई हैं वो असी जरूर एक बार रिलीज़ करना चाहवांगे। वी विल वॉन्ट कि ये नैशनल टीवी ते बाकी चैनल्स ते जरूर जान क्योंकि असी नहीं कुछ कह सकते जो फड़िया जाएगा उदों ही पता लगेगा कि बंदा किस भुलिए चाह पर रूल आउट नहीं किया जा सकता इस चीज़ को। सो ये मैं फोटो जिहड़ियां असी कुछ जिहड़ियां लभियां होंदियां अलग अलग जगह तो वो फोटो तुहानू सारयां नू रिक्वेस्ट करांगा इन्हां नू सर्कूलेट किया जाए वध तो वध। सो ये इस केस के हुण तक टोटल 153 बंदे ने जिहड़े अरैसट हो चुके हैं। अमृतपाल सिंह के खिलाफ NSA एक्ट जिदा तुहानू पता NSA एक्ट लगाया जा चुक्या वा उहदे विच NSA दे विच नैशनल सिक्योरिटी एक्ट जिहड़ा हुंदा है अमृतपाल दे खिलाफ वो लग चुका कल का लग चुका है एक्ट। ठीक है मेरी गल पूरी मैं तुम दसदा जी वो एक्ट लगन तो बाद दे विच जिहड़े कंसर्नड डिप्टी कमिश्नर हुंदे आ वो एक रिक्वेस्ट भेजदे आ जदों बंदा एस्केप कर रहा हुंदा जदों वो ऑर्डर का प्रॉपर फॉलो नहीं हुंदा तो वो जुडिशियल मजिस्ट्रेट ने एक रिक्वेस्ट भेजते हैं कि बंदा जी अपनी अरैसट है उन्होंने इवेड कर रहा वा वो फिर मजिस्ट्रेट साहब जोड़े ने उस तो बाद अरैसट वॉरेंट जोड़ा है वो जारी करते हैं। सो इस केस के जोड़ा नॉन अवेलेबल वॉरेंट आ अमृतपाल सिंह का वो जारी हो चुका वा जोड़ा कि 18 मार्च में जारी होया। फरदर ये जे कोई बंदा फिर भी अपनी अरैसट में इवेड करता वा तो कानून के प्रोविजन आ कि खिलाफ 82-83 सैक्शन जोड़े ने CRPC दे तहत भी कार्रवाई हो सकती है। सो 18 तरीक नूं लग्या सीगा जी 18 तरीक दे जिहड़े सेम डे जदों इन्हें अपनी अरैसट नूं अवेड किया उस तो बाद दे विच इहदे प्रॉपर प्रोसीजर फॉलो करके नॉन अवेलेबल वॉरंट जिहड़े ने जारी कराए गए। इसके हाँ जी जो पंजाब में जो सिचुएशन है बिल्कुल स्टेबल है। ऑनरेबल CM साहब जिनके जैसे खुद आप आज पंजाबियों से बात की पूरी स्थिति पे वो खुद नज़र रखे हुए हैं इस पूरी स्थिति पे और लगातार फीडबैक ले रहे हैं ऑफिसर से पूरे पंजाब में क्या सिचुएशन है और पूरी तरह से हर तरह पूरी तरह शांति है। आज CM साहब ने जैसे बताया उनको बहुत सारी पंजाब से पंजाब के बाहर से बहुत सारी कॉल्स आई जिनमें लोगों ने उनको धन्यवाद किया क्योंकि सारे लोग इस कार्रवाई से बिल्कुल संतुष्ट हैं। जो बैड एलिमेंट्स के खिलाफ पूरा ये ऑपरेशन हुआ है उसमें सारे बहुत खुश हैं और पंजाब के जो लोग हैं और पूरे इंडिया के जो लोग हैं उनको CM साहब ने भी धन्यवाद किया है क्योंकि सबसे बहुत कोऑपरेशन मिली इस पूरे ऑपरेशन में और बाकी एजेंसी से बाकी स्टेट से भी हमें फुल कोऑपरेशन मिल रहा है इस केस में और पुलिस इसमें बिल्कुल कानून के अनुसार काम कर रही है। बहुत सारे लोगों को आशंका है लेकिन अभी तक जो प्राइम अक्यूज्ड है वो अभी इस केस में अरेस्ट नहीं हुआ है। जैसे ही वो अरेस्ट होगा तुरंत इसकी जानकारी जो है दी जाएगी। नहीं वो ब्रेजा कार में ही थे जो मैं वही उसी पे आ रहा हूँ मैं जो अभी तक हमने जो इसमें एक तो FIR नंबर 28 दर्ज की है 20 मार्च को जिसमें जो सरपंच है मनप्रीत सिंह उसकी स्टेटमेंट पे FIR दर्ज की है कि दो लोग जो एक हरजीत सिंह और हरप्रीत सिंह उसने ये एलिगेशंस लगाए कि इन्होंने गन पॉइंट पे उसको रखा था और उसके बाद ये लोग जो है पुलिस ने अरेस्ट किए इस केस में। दूसरा गन पॉइंट पे सरपंच जो मनप्रीत सिंह है जो उसको रखा था उसके रेजिडेंस पे रखा क्यों गया था सर कि जबरदस्ती के हमें शेल्टर दिया जाए उसके रेजिडेंस पे क्योंकि इनको शेल्टर देने के लिए कोई तैयार नहीं था तो उनके उसके एलिगेशन है कि इन्होंने जबरदस्ती गन पॉइंट पे मुझे रखा हुआ था। सरपंच मनप्रीत सिंह है और जो अक्यूज्ड है दो एक हरजीत सिंह है एक हरप्रीत सिंह है दो अक्यूज्ड हैं इसमें। दूसरा जो अहम इसमें जो सुराग लगा है कि 4 अक्यूज हमने अरेस्ट किए हैं जिनसे एक ब्रेजा कार जो है बरामद हुई है ये मनप्रीत सिंह एलियस मन्ना गुरदीप सिंह एलियस दीपा हरप्रीत सिंह एलियस हैप्पी और गुरबेज सिंह एलियस पेजा ये 4 वो अक्यूज हैं जिन्होंने उसको एस्केप करने में मदद की। ब्रेजा गाड़ी इन्होंने यूज़ की जब ये चारों ने और अमृतपाल ने मिलकर जब वहाँ से दौड़े हैं। जो दूसरा जो अहम सुराग इसमें है उसके बाद ये गुरुद्वारा साहब है नंगल अंबिया विलेज का गुरुद्वारा साहब वहाँ पे गए वहाँ पे कपड़े चेंज किए
पेंट और शर्ट डाली उसने अमृतपाल ने, उसके बाद दो मोटरसाइकिल्स पे, चार लोग जो थे दो मोटरसाइकिल्स पे एस्केप किए हैं वहाँ से। तो इस केस में एक तो मैं सबसे अपील करना चाहूँगा कि इसकी अरेस्ट में और बाकी जो बैड एलिमेंट्स हैं उनकी अरेस्ट में पंजाब पुलिस को आपके सहयोग की ज़रूरत है। दूसरा, क्योंकि जैसे ही कोई अक्यूज्ड किसी केस में वांटेड होता है तो उसके हम बहुत सारी पिक्चर्स जो भी हमारे पास अवेलेबल होती हैं वो पिक्चर्स हम रिलीज़ करते हैं। तो अमृतपाल की बहुत सारी पिक्चर्स हैं जो अलग अलग अटायर में हैं, अलग अलग तरह की पिक्चर्स हैं, वो हम लोग अभी रिलीज़ कर रहे हैं। वो पिक्चर्स मैं आपको रिक्वेस्ट करूँगा कि डिस्प्ले की जाए ताकि लोग इसको अरेस्ट करवाने में हमारी मदद कर सकें इस केस में। नहीं, ये कार हमने जो मनप्रीत मन्ना है इनसे हमने रिकवर की है, क्योंकि हमारे इन्वेस्टिगेशन में ये इसके रेजिडेंस से हमने किया है जो नवा किला है, क्योंकि हमारे इन्वेस्टिगेशन में ये चीज़ एस्टेब्लिश हो गई थी कि वहाँ से ब्रेजा गाड़ी यूज़ हुई है। फर्दर आगे भी जैसे मैंने कहा कि हमने ये भी इस्टेब्लिश कर लिया कि वो गाड़ी में बैठ के ये गुरुद्वारा साहब तक गए हैं, वहाँ से चेंज करने के बाद फिर दो मोटरसाइकिल्स में एस्केप किया इन्होंने। तो ये पूरी जो लड़ी है हमारी वो आपस में कनेक्ट हो रही है। सर, ये जो आपने फोटो की है उसमें क्लीन शेव भी है, ये पुरानी फोटोग्राफ्स हैं जो हमने कहीं से, जैसे हमें जिस तरह के बेस में फोटोग्राफ मिली है वो हम रिलीज कर रहे हैं। वो हम नहीं कह सकते क्योंकि जब तक अरेस्ट नहीं होगा वो हम नहीं कह सकते कि वो किस तरह के अटायर में, किस तरह के बेस में होगा। बट लोगों की जानकारी के लिए उनके पास हर तरह की फोटोग्राफ होनी जरूरी है। मनप्रीत सिंह मन्ना दे कोलों मिली है और जेड़े चारों बंदे असी फड़े इन्हां दी पुछगिछ तो ही ये गल आई है कि ब्रेजा दे विच बैठ के फिर गुरुद्वारा साहब नंगल लंबियां उत्थे गए, उत्थे चार बंदे सीगे, इहदे च तीन बंदे होर आ, ये वाले चार में सी जिहड़े नाल एस्केप कीते, तीन होर बंदे आ, मतलब तीन प्लस एक। नहीं, वो चीज़ अजे वेरीफाई कर रहे कौन लैके आया, क्योंकि उस जगह दे उत्ते तीन बंदे होर सीगे, फिर ये चार बंदे दो मोटरसाइकिल दे मोटरसाइकिल ठीक है सर, मोटरसाइकिल का पता लगा कौन कौन मोटरसाइकिल सी? नहीं, वही मैं कह रहा हूं वो हम अभी चेक कर रहे हैं, क्योंकि आज ही इनको हमने अरेस्ट किया है। इनसे हमें प्रिलिमिनरी इन्वेस्टिगेशन में ये पता चला है कि ये चार लोग वहां पे गए थे, वहां से फिर चेंज करके आगे गए। बाकी इन्वेस्टिगेशन कौन से बाइक पे कौन लेके आया था, लगातार कि उसके परिवार वाले आरोप लगा रहे हैं कि अमृतपाल पुलिस कस्टडी में है, क्या कहना सर आपका कि क्या कस्टडी में है या पंजाब के बाहर? मैं इसको बहुत पहले हम लोग स्पष्ट कर चुके हैं कि अमृतपाल आज तक पुलिस की कस्टडी में नहीं है। पुलिस बिल्कुल 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 लॉ के मुताबिक काम कर रही है। जैसे ही अरेस्ट होगा तुरंत हम बताएंगे, बिकॉज हम भी हम इससे ज्यादा हम लोग एक एक करके कर लेते हैं। सर, मैं पूछ सकता हूँ जैसे कि फंडिंग के बारे में कुछ पता चला सर, कि फंडिंग के ऊपर एक आपने जो गुड़गांव से गिरफ्तार किया सर? देखो, हमें जैसे मैंने कहा कि सारी सेंट्रल एजेंसी से हमें बिल्कुल बहुत कोऑपरेशन मिल रही है। एक स्पेसिफिक एजेंसी क्या कर रही है वो मैं नहीं बता पाऊंगा इस जगह पे। एनआईए की कितनी टीमें सर यहाँ पे हैं? नहीं, देखो ये सारा ये जड़िया चीजा है ना कि वेल प्लान सी जां कपड़े नाल लेके आए सी, ये चीजा अजे वेरीफाई होन गया तफ्तीश दे विच, क्योंकि एक एक करके पूछो जी। सर क्या हुई? सर हाँ जी, ब्रीजा गाड़ी अभी हमारी कस्टडी में है, पुलिस स्टेशन शाहकोट है, वहाँ पे हमारे जिला जलंधर रूरल में। अच्छा सर, क्या अमृतपाल ह्यूमन बम बनाने के भी विचार कर रहा है? ऐसा कोई अभी तक हमारे इन्वेस्टिगेशन में नहीं है। मैं कह रहा जी, वो पार्ट चेक कर रहे, देखो अजय अज उन्होंने सुबह अरेस्ट किया चारों, उन्होंने जो दस्या प्रिलिमिनरी इन्वेस्टिगेशन दे विच वो मैं तुहानू दस्ता, जिहड़ी अगे मोटरसाइकिल कित्थे गए, किदां गए, की उहदी ट्रेल की आ,
ਉਹ ਪਾਰਟ ਅਜੇ ਸਾਰਾ ਅਸੀਂ ਚੈੱਕ ਕਰ ਰਹੇ ਹਾਂ ਸੋ ਉਹ ਟਾਈਮ ਟੂ ਟਾਈਮ ਜਿਸ ਤਰ੍ਹਾਂ ਕੱਲ ਨਹੀਂ ਅੱਜ ਸਵੇਰ ਤਾਂ ਉਹਨਾਂ ਨੂੰ ਅਰੈਸਟ ਕੀਤਾ ਜੀ ਹਾਂ ਨਹੀਂ ਨਹੀਂ ਉਹ ਸਾਰਾ ਅਜੇ ਕਰ ਰਹੇ ਹਾਂ ਜੀ ਵੀ ਵਿਲ ਰਿਲੀਜ਼ ਜਦ ਆਏਗਾ ਨਹੀਂ ਅਜੇ ਤੱਕ ਨਹੀਂ ਹੋਈ ਜੀ ਕੋਈ ਅਜੇ ਤੱਕ ਕੋਈ ਦੇਖੋ ਇਹ ਜਿਹੜਾ ਇਹ ਜਿਹੜੀ ਕਾਲ ਹੁੰਦੀ ਹੈ ਨਾ ਜੀ ਐਨ ਐਸ ਏ ਦੇ ਵਿੱਚ ਇੱਕ ਪ੍ਰੋਵੀਜ਼ਨ ਆ ਉਹਦੇ ਵਿੱਚ ਪ੍ਰੋਵੀਜ਼ਨ ਹੈ ਸੈਕਸ਼ਨ 5 ਦੇ ਵਿੱਚ ਕਿ ਜਿਹੜੇ ਬੰਦੇ ਤੋਂ ਵੀ ਥਰੈਟ ਆ ਸਿਕਿਉਰਿਟੀ ਆਫ ਸਟੇਟ ਨੂੰ ਜਾਂ ਪਬਲਿਕ ਆਰਡਰ ਨੂੰ ਉਹਨੂੰ ਕਿਸੇ ਦੂਸਰੀ ਸਟੇਟ ਦੇ ਵਿੱਚ ਰੱਖਿਆ ਜਾ ਸਕਦਾ ਵਾ ਸੋ ਉਹਦੇ ਲਈ ਸਿਰਫ ਇੱਕ ਜ਼ਰੂਰੀ ਹੁੰਦਾ ਕਿ ਉਸ ਸੈਕਿੰਡ ਜਿਹੜੀ ਸਟੇਟ ਆ ਉਹਦੀ ਕੰਸੈਂਟ ਜ਼ਰੂਰੀ ਹੁੰਦੀ ਆ ਸੋ ਹੁਣ ਤੱਕ ਜਿੰਨੇ ਐਨ ਐਸ ਏ ਦੇ ਵਿੱਚ 5 ਬੰਦੇ ਅਰੈਸਟ ਕੀਤੇ ਆ ਉਹਨਾਂ ਨੂੰ ਡਿਬਰੂਗੜ੍ਹ ਭੇਜਿਆ ਗਿਆ ਵਾ 1-to-1 ਬੇਸਿਸ ਦੇ ਉੱਤੇ ਕਾਲ ਲਈ ਜਾਂਦੀ ਆ ਇਹਦੇ ਵਿੱਚ ਇੱਕ ਬਲੈਂਕਟ ਗੱਲ ਨਹੀਂ ਮੈਂ ਕਰ ਸਕਦਾ ਜਿਉਂ ਜਿਉਂ ਅਰੈਸਟ ਹੋਏਗੀ ਕਿਉਂ ਤੋਂ ਕਾਲ ਲਈ ਜਾਏਗੀ ਕਿਹਨੂੰ ਕਿੱਥੇ ਰੱਖੂਗੇ ਦੇਖੋ ਜੋ ਜੈਕਟ ਮਿਲੀ ਹੈ ਐਗਜੈਕਟ ਨੰਬਰ ਆਫ ਜੈਕਟ ਤੋਂ ਨਹੀਂ ਮੈਂ ਬਤਾ ਪਾਊਂਗਾ ਲੇਕਿਨ ਸਾਰੀ ਜੈਕਟ ਕੇ ਉੱਪਰ AKF ਲਿਖਾ ਹੁਆ ਹੈ ਜਿਸਸੇ ਹਮੇ ਸਸਪੀਸ਼ਨ ਹੈ ਕਿ ਉਹ ਜੈਸੇ ਮੈਨੇ ਕੱਲ ਕਹਾ ਥਾ ਕਿ ਅਨੰਦਪੁਰ ਖਾਲਸਾ ਫੌਜ ਹੈ ਤੋ ਵੋ ਉਸਕਾ ਉਸਕੀ ਬਾਕੀ ਡਿਟੇਲਸ ਹਮ ਅਭੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਹਾਂ ਸੇ ਸੰਭਾਲ ਕੇ ਕਿਸੇ ਸਾਰਾ ਚੈੱਕ ਕਰ ਰਹੇ ਹਾਂ ਅਜੇ ਤੱਕ ਨਹੀਂ ਜੀ NIA ਅਜੇ ਤੱਕ ਨਹੀਂ ਹੈ ਬਟ ਫਰਦਰ ਜੋ ਜਿਹੜੀ ਸੈਂਟਰਲ ਏਜੰਸੀ ਨੂੰ ਸਾਨੂੰ ਜ਼ਰੂਰਤ ਹੋਏਗੀ ਜਾਂ ਜਿਨ੍ਹਾਂ ਨੂੰ ਸਾਡੇ ਤੋਂ ਕੋਈ ਇਨਫੋਰਮੇਸ਼ਨ ਹੋਏਗੀ ਉਹ ਸ਼ੇਅਰ ਕੀ ਜਾਏਗਾ ਹਥਿਆਰੋਂ ਦੀ ਟ੍ਰੇਨਿੰਗ ਲਈ ਸਰ ਕਿਉਂਕਿ ਪਾਸ ਹਾਂਜੀ ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਫੜਿਆ ਜਾਏਗਾ ਨਾ ਜੀ ਉਦੋਂ ਸਾਰੀਆਂ ਪਰ ਜਿਹੜਾ ਜਿੰਨਾ ਮੈਂ ਤੁਹਾਨੂੰ ਜਿੱਦਾਂ ਕੱਲ੍ਹ ਦੱਸਿਆ ਸੀਗਾ ਜਿਤਨਾ 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 ਹਮਾਰੇ ਪਾਸ ਆਜ ਤੱਕ ਐਵੀਡੈਂਸ ਆਇਆ ਹੈ ਉਸਸੇ ਦੇਰ ਇਜ਼ ਅ ਸਟਰੋਂਗ ਸਸਪੀਸ਼ਨ ਕਿਉਂਕਿ ਫੰਡਸ ਜੋ ਹੈ ਜੈਸੇ ਗਾੜੀਆਂ ਜੋ ਹੈ 5 ਗਾੜੀਆਂ ਹੈ ਇਨਕੇ ਪਾਸ ਉਹ ਸਾਰੀ ਗਾੜੀਆਂ ਉਨ ਲੋਕੋਂ ਕੇ ਨਾਮ ਪੇ ਹੈ ਜਿਨ ਲੋਕੋਂ ਕੇ ਪਾਸ ਫਾਈਨੈਂਸ਼ੀਅਲ ਰਿਸੋਰਸਿਸ ਨਹੀਂ ਥੀ ਦੂਸਰਾ ਹੈ ਕਿ ਇਨਕੇ ਜੋ ਜਿਤਨੇ ਵੀ ਆਜ ਤੱਕ ਫਾਈਨੈਂਸਿਸ ਵੇਰੀਫਾਈ ਹੋਏ ਹੈ ਉਨਕੇ ਕੋਈ ਰਿਲਾਇਬਲ ਕ੍ਰੈਡਿਟੇਬਲ ਸੋਰਸਿਸ ਨਹੀਂ ਹੈ ਤੋ ਉਸਸੇ ਹਮੇ ਡਾਊਟ ਹੈ ਕਿ ਇਸਕੀ ਜੋ ਫੰਡਿੰਗ ਹੈ ਵੋ ਫੋਰਨ ਫੰਡਿੰਗ ਥੀ ਐਂਡ ਦੈਟ ਪਾਰਟ ਇਜ਼ ਬੀਇੰਗ ਇਨਵੈਸਟੀਗੇਟਡ ਉਸਮੇ ਵੀ ਔਰ ਟਾਈਮ ਲਗੇਗਾ ਸਰ ਕਲਸੀ ਕਲਸੀ ਕੋ ਆਪਨੇ ਗ੍ਰਿਫਤਾਰ ਕੀਆ ਉਸਸੇ ਜਾਂਚ ਇਹ ਤਾਂ ਬੜੀ ਇੰਪੋਰਟੈਂਟ ਹੈ ਸਰ ਇਹ ਚਾਰ ਲੋਕ ਕਰ ਰਹੇ ਨੇ ਨਹੀਂ ਨਹੀਂ ਇਹ ਜਿਹੜਾ ਜਦੋਂ ਇਹ ਜਾ ਰਹੇ ਸੀਗੇ ਨੀ ਜਦੋਂ ਇਹਨੂੰ ਰੋਕਿਆ ਹੈ ਉਹਦੇ ਵਿੱਚ ਬਹੁਤ ਸਾਰੇ ਬੰਦੇ ਸੀ ਜਿਹੜੇ ਪਿੱਛੋਂ ਸਕੇਪ ਕੀਤੇ ਆ ਕਿਉਂਕਿ ਅਗਲੇ ਪਾਸੇ ਜਿਹੜੇ ਬੰਦੇ ਸੀ ਕਿਉਂਕਿ ਇੱਕਦਮ ਬੈਕ ਸਾਈਡ ਤੋਂ ਜਿਸ ਤਰ੍ਹਾਂ ਇਹ ਉੱਤਰ ਕੇ ਆਪਣੀ ਗੱਡੀ 'ਚੋਂ ਗਿਆ ਹੈ ਨਾਲ ਟਰੈਵਲ ਕਰ ਰਹੇ ਸੀ ਨਾ ਇਹ ਆਪਣੀ ਗੱਡੀ 'ਚੋਂ ਉੱਤਰ ਕੇ ਜਿੱਦਾਂ ਕੱਲ੍ਹ ਤੁਹਾਨੂੰ ਦੱਸਿਆ ਸੀਗਾ ਕਿ ਇਹ ਜਿਹੜੀ ਗੱਡੀ 'ਚ ਟਰੈਵਲ ਕਰ ਰਿਹਾ ਸੀ ਉੱਥੋਂ ਇੱਕਦਮ ਉੱਤਰ ਕੇ ਦੂਜੀ ਕਿਸੇ ਗੱਡੀ 'ਚ ਚਲਾ ਗਿਆ ਹੁਣ ਕੱਲ੍ਹ ਤੱਕ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਦੂਸਰੀ ਕਿਹੜੀ ਗੱਡੀ 'ਚ ਗਿਆ ਫਰਦਰ ਇਨਵੈਸਟੀਗੇਸ਼ਨ 'ਚ ਹੁਣ ਆਇਆ ਕਿ ਉੱਥੋਂ ਉੱਤਰ ਕੇ ਇੱਕ ਬਰੈਜ਼ਾ ਕਾਰ ਦੇ ਵਿੱਚ ਗਿਆ ਸੀ ਜਿਹੜੀ ਕਿ ਅੱਜ ਬਰੈਜ਼ਾ ਕਾਰ ਰਿਕਵਰ ਕੀਤੀ ਹੈ ਫਰਦਰ ਹੁਣ ਅੱਗੇ ਇਸ ਗਲਤ ਗੱਲ ਆਈ ਹੈ ਕਿ ਮੋਟਰਸਾਈਕਲ 2 ਯੂਜ਼ ਹੋਏ ਆ ਹੁਣ ਉਸ ਪਾਸੇ ਨੂੰ ਸਾਡੀ ਇਨਵੈਸਟੀਗੇਸ਼ਨ ਸਟੈਪ ਬਾਏ ਸਟੈਪ ਚੱਲ ਰਹੀ ਹੈ ਸਰ ਆਪਣੇ ਕਲਸੀ ਉਹ ਪਾਰਟ ਅਭੀ ਹਮ ਪੂਰਾ ਇਨਵੈਸਟੀਗੇਟ ਕਰ ਰਹੇ ਹੈ ਮੈਂ ਕਹਿ ਰਹਾ ਹੂੰ ਵਹੀ ਚੀਜ਼ ਹੈ ਦੇਖੋ ਆਪਕੋ ਅਪਡੇਟ ਕਰਤੇ ਰਹੇਂਗੇ ਅਭੀ ਤੱਕ ਹਮਾਰੇ ਪਾਸ ਕੋਈ ਅਪਡੇਟ ਨਹੀਂ ਹੈ ਸਰ ਸਵਾਲ ਇਹ ਕਿ ਜੋ ਆਪਨੇ ਕਲਸੀ ਕੋ ਗ੍ਰਿਫਤਾਰ ਕੀਆ ਹੈ ਕਿਆ ਉਸਕੇ ਫੰਡਿੰਗ ਕੇ ਕਿਆ ਸਬੂਤ ਕੁਛ ਮਿਲੇ ਸਰ ਵੋ ਅਭੀ ਹਮ ਉਸਕੋ ਇੰਟੈਰੋਗੇਟ ਪੰਜਾਬ ਪੁਲਿਸ ਕਾ ਕਰਨਾ ਅਭੀ ਬਾਕੀ ਹੈ ਜੋ ਕਰੇ ਹੈ ਸਰ ਕੋ ਇਨਕੋ ਮੈਂ ਵਹੀ ਕਹਿ ਰਹਾ ਹੂੰ ਜਬ ਉਸਕੋ ਕਰੇਂਗੇ ਤਬ ਇਹ ਸਾਰੀ ਚੀਜ਼ੇ ਸਾਹਮਣੇ ਆਏਗੀ ਕਪੜੇ ਰਿਕਵਰ ਹੋਏ ਹੈ ਉਹ ਪ੍ਰੀਜ਼ਾ ਗੱਡੀ ਚ ਰਿਕਵਰ ਹੋਏ ਜਾਂ ਕਿਸੇ ਹੋਰ ਨਾਲ ਨਹੀਂ ਨਹੀਂ ਕਪੜੇ ਅਸੀਂ ਨਹੀਂ ਰਿਕਵਰ ਕੀਤੇ ਜੀ ਅਸੀਂ ਗੱਡੀ ਰਿਕਵਰ ਕੀਤੀ ਹੈ ਗੱਡੀ ਚੋਂ ਵੈਪਨ ਰਿਕਵਰ ਹੋਏ ਆ ਉਹਨਾਂ ਦੀ ਜਿਹੜੇ 4 ਬੰਦੇ ਅਸੀਂ ਅਕਿਊਜ਼ ਅਰੈਸਟ ਕੀਤੇ ਆ ਉਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਜਿਹੜੀ ਵਾਰ ਵਾਰ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਉੱਥੋਂ ਜਾ ਕੇ ਉਹਨੇ ਕੱਪੜੇ ਚੇਂਜ ਕੀਤੇ ਆ ਹੁਣ ਉਹ ਚੇਂਜ ਕਰਨ ਤੋਂ ਬਾਅਦ ਅਗਲਾ ਸਵਾਲ ਤੁਹਾਡਾ ਹੈ ਕਿ ਕਿੱਧਰ ਨੂੰ ਗਏ ਉਹ ਪਾਰਟ ਅਜੇ ਚੈੱਕ ਕੀਤਾ ਜਾ ਰਿਹਾ ਉਹਦੇ ਆਲੇ ਦੁਆਲੇ ਦੇ ਹੋਰ ਆਸ ਪਾਸ ਦੇ ਸਾਰਿਆਂ ਉਹਨੇ ਕੱਪੜੇ ਚੇਂਜ ਕੀਤੇ ਆ ਹੁਲੀਆ ਬਾਰੇ ਅਜੇ ਮੈਂ ਕਹਿ ਨਹੀਂ ਸਕਦਾ ਉਹੀ ਕਹਿ ਰਹੇ ਮੈਂ ਕਹਿ ਨਹੀਂ ਸਕਦਾ ਉਹ ਕਰ ਰਹੇ ਹਾਂ ਜੀ ਉਹ ਸਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਸਟੈਪ ਬਾਏ ਸਟੈਪ ਚੱਲ ਰਹੀ ਹੈ ਅੰਮ੍ਰਿਤਪਾਲ ਦੀ ਵਾਈਫ ਜੋ ਹੈ ਉਸੇ ਕੋਈ ਪੁੱਛਤਾਛ ਹੋਈ ਹੈ ਨਹੀਂ ਅਜੇ ਤੱਕ ਉਹ ਕਹਾਂ ਉਸਕੇ ਗਾਉਂ ਨਹੀਂ ਸਰ ਇੱਕ ਪਾਸੇ ਮੀਡੀਆ ਤੁਸੀਂ ਕਹਿ ਰਹੇ ਹੋ ਕਿ ਮੀਡੀਆ ਸੈਪਰੇਟ ਕਰੇ ਦੂਸਰੇ ਪਾਸੇ
मीडिया के जिहड़े साथी ने उन्होंने जिहड़े ट्विटर खाते ने फेसबुक खाते ने वह लगातार बंद हो रहे हैं देखो सिक्योरिटी इशूज बहुत सारिया चीजा होंगे जिहड़ियां टाइम टू टाइम और सही टाइम ते शेयर कीतियां जांदियां ब्लैंकेट कोई रीजन नहीं पता कोई ना कोई हर केस कुछ ना कुछ रीजन होगा वो जो दोगे की आ प्रॉब्लम आ इशू है ओके बारे चेक किया जा सकता सर एक बहुत सारे पहलू आ जिहड़े अजे अंडर इन्वेस्टिगेशन ने जिहदे ते साडी जिहड़ियां एजेंसीज आ स्पेशलाइज्ड विंग्स आ साडे इंटरनल सिक्योरिटी आ काउंटर इंटेलिजेंस आ साइबर क्राइम आ वो तफ्तीश कर रहे हैं पर हर गल जिहड़ी आ क्योंकि इहदे विच एविडेंस बिल्डअप करना है सो हर चीज आप पब्लिक फोरम से शेयर नहीं कर सकते जिनी इनफॉरमेशन जिनी अपडेट सी वो आप शेयर टाइम टू टाइम करी जा रहे हैं और सर एक सवाल हो रहा है कि जो बड़ा कोई होता है उसके नाम को नहीं अब तक ऐसा कुछ नहीं है जी अब तक नहीं है अच्छा सर एक सवाल है नहीं नहीं ये नहीं कहा जा सकता इस स्टेज पे अभी इतनी जल्दी कुछ नहीं सर आईएसआई से इसके कोई कनेक्शन अभी तक रिवील हुए मैं कह रहा हूँ जी ये प्राइमरी जो एविडेंस है दैट एस्टेब्लिशेस के है तो वो बाकी जो है एविडेंस एग्जैक्ट कंक्रीट एविडेंस है वो इन्वेस्टिगेशन में आ जाएगा देखो मैं कह रहा जो फड़िया जाएगा ना जी ना तो हुलिया सानू पता की होएगा जो फड़िया जाएगा जेड़े साथी फड़े गए उन्होंने दसिया कि असीं उन्हूं ब्रेजा गड्डी च बिठा के ਉੱਥੋਂ ਤੱਕ ਲੈ ਕੇ ਗਏ ਉੱਥੇ ਅੱਗੇ ਦੋ ਮੋਟਰਸਾਈਕਲ ਸੀ ਤਿੰਨ ਹੋਰ ਬੰਦੇ ਸੀ ਜਿਨ੍ਹਾਂ ਨਾਲ ਉਹ ਬੈਠ ਕੇ ਚਲਾ ਗਿਆ ਸੋ ਪੋਸੀਬਲ ਆ ਦੇਖੋ ਕਿਸੇ ਵੀ ਚੀਜ਼ ਦੀ ਪੋਸੀਬਿਲਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ देखो वो तो पार्ट ऑफ इन्वेस्टर सर एक सवाल है अजे कुछ नहीं है देखो ये किसी के कोले कोई कंक्रीट नहीं है कि कौन है अच्छा सर एक सवाल इससे है कि अभी कुछ दिन पहले एक इंटरव्यू हुआ था जेल से तो उसमें सलमान खान को सरेआम मारने की धमकी दी थी उस पे अब क्या एक्शन जो है वो लिया जाएगा ऐसे के बारे में इस केस के बारे में आपने कुछ पूछा ठीक है जी थैंक यू सर एक छोटा सा वन टू वन